ਫਸਲਾਂ ਜਿਨ੍ਹਾਂ ਨੂੰ ਕਿਸਾਨਾਂ ਨੇ ਦਿਨ ਰਾਤ ਇੱਕ ਕਰਕੇ ਉੱਤਾ ਵਾਂਗ ਪਾਲਿਆ। ਔਰ ਮੌਸਮ ਦੇ ਹਾਈ ਅਲਰਟ ਤੋਂ ਬਾਅਦ ਇਤਰਾਸਤੀ ਨੇ ਸਭ ਕੁਝ ਤਹਿਸ ਨਹਿਸ ਕਰਕੇ ਰੱਖ ਦਿੱਤਾ। ਕਿੱਥੇ ਨਾ ਖੇਤਾਂ ਵਿੱਚ ਹੁਣ ਜੀਰੀਆਂ ਤੇ ਹੋਰ ਫਸਲਾਂ, ਤੇ ਕਿੱਥੇ ਹੁਣ ਖੇਤ ਨਵੇਂ ਸਿਰੇ ਤੋਂ ਵਾਹੁਣ ਵਾਲੇ ਹਨ, ਜਿਹਨੂੰ ਵੇਖ ਵੇਖ ਕਿਸਾਨ ਬਸ ਹੰਝੂ ਵਹਾ ਸਕਦਾ। ਔਰ ਕੁਦਰਤ ਦੀ ਇਸ ਮਾਰ ਹੇਠ ਕਰ ਕੁਛ ਨਹੀਂ ਸਕਦਾ। ਇਹਨੇ ਲੁਧਿਆਣਾ ਜ਼ਿਲ੍ਹੇ ਦੇ ਖੇਤ ਜਿੱਥੇ ਕਰੀਬ 10,000 ਏਕੜ ਫਸਲ ਦੇ ਹਾਲਾਤ ਇਹੋ ਚੁੱਕੇ। ਫਸਲ ਦਾ ਦੂਜੀ ਗੱਲ, ਇਹਨਾਂ ਨੂੰ ਦੁਬਾਰਾ ਸਹੀ ਹਾਲਾਤਾਂ ਵਿੱਚ ਲਿਆਉਣ ਲਈ ਲੰਬਾ ਸਮਾਂ ਲੱਗ ਜਾਏਗਾ। ਇਹਦੇ ਲੁਧਿਆਣੇ ਦੇ ਪਿੰਡ ਸਰ ਹੋਣਗੇ ਕੋਈ ਤਕਰੀਬਨ ਪਾਣੀ ਜਿਹੜਾ ਆਲੇ ਦੁਆਲੇ ਨੂੰ ਫੈਲ ਰਿਹਾ ਮੇਰੇ ਖਿਆਲ 10-12 ਪਿੰਡਾਂ 'ਚ ਹੋਊ। ਕਿੰਨੀ ਕੁ ਮਦਦ ਕਰ ਰਹੇ ਹੋ? ਮਦਦ ਤਾਂ ਸਰ ਇਹੀ ਆ ਵੀ ਸਾਰੀ ਰਾਤ ਲੱਗੇ ਰਹੇ ਆ, ਤੀਜਾ ਚੌਥਾ ਦਿਨ ਹੋ ਗਿਆ ਸਾਨੂੰ ਲੱਗਿਆ ਨੂੰ। ਮਦਦ ਤਾਂ ਕਰ ਰਹੇ ਹਾਂ, ਹੁਣ ਬਾਕੀ ਜੋ ਹੈ ਮਾਲਕ ਦੇ ਹੱਥ 'ਚ। ਪ੍ਰਸ਼ਾਸਨ ਕਿੰਨਾ ਕਰ? ਦੇਖੋ ਜੀ, MLA ਸਾਹਿਬ ਤਾਂ ਹੋਰ ਸਾਰੇ ਆ ਰਹੇ ਆ, ਹੁਣ ਉਹਨਾਂ ਨੇ ਤਾਂ ਆਉਣਾ ਹੀ ਆ, ਇਹੀ ਕੰਮ ਕਰ ਸਕਦੇ ਉਹ। ਬਾਕੀ ਕਹਿ ਰਹੇ ਆਲੇ ਦੁਆਲੇ ਆ ਕਾਫੀ ਸਮਾਨ ਆ ਗਿਆ, ਬੋਰੇ ਵੀ ਆ ਗਏ, ਤਾਰਾਂ ਵੀ ਆ ਗਈਆਂ, ਸਾਰਾ ਸਮਾਨ ਆ ਰਿਹਾ ਸਰ ਹੌਲੀ ਹੌਲੀ। ਕਿਤੇ ਨਾ ਕਿਤੇ ਪ੍ਰਸ਼ਾਸਨ ਦਾ ਕਮੀ ਹੈਗੀ ਹੈ ਜੀ, ਜਿੱਥੇ ਪ੍ਰਸ਼ਾਸਨ ਨੂੰ ਕੰਮ ਕਰਨਾ ਚਾਹੀਦਾ ਸੀ। ਚਲੋ, ਪ੍ਰਸ਼ਾਸਨ ਦੀਆਂ ਥੋੜੀਆਂ ਕਮੀਆਂ ਵੀ ਹੈ ਸਰ, ਵੀ ਜਿੱਦਾਂ ਕੋਈ ਬੰਨ ਨੂੰ ਪਾਣੀ ਵੇਲੇ ਆ ਕੇ ਤਾਂ ਮੀਡੀਆ ਵੀ ਸਾਰਾ ਆ ਜਾਂਦਾ, ਉੱਦਾਂ ਤਾਂ ਮੇਰਾ ਵੀਰ ਮੀਡੀਆ ਵੀ ਨਹੀਂ ਕੋਈ ਵੀ ਆਉਂਦਾ। ਇਹ ਆ ਵੀ ਬੰਨ 'ਤੇ ਕੋਈ ਮਿੱਟੀ 78 ਦੀ ਮਿੱਟੀ ਪਈ ਹੋਈ ਆ, ਅੱਜ ਤੱਕ ਕਿਸੇ ਨੇ ਬੰਨ ਨੂੰ ਸਵਾਰਿਆ ਨਹੀਂ ਇਸ ਨੂੰ। ਆਹ ਨਗਰ ਵਾਲੇ ਕੋਈ, ਹਾਂਜੀ ਬਿਲਕੁਲ ਅਪੋਜੀਸ਼ਨ ਨਹੀਂ ਸੀ ਹੋਣੀ, ਆਹ ਹਾਲਾਤ ਨਹੀਂ। ਆਹ ਜੇ ਮਾੜਾ ਮੋਟਾ ਕੋਈ ਸਾਲ ਪਿੱਛੇ ਕੋਈ ਮਾੜੀ ਮੋਟੀ ਰਿਪੇਅਰ ਵਗੈਰਾ ਹੋ ਜਾਵੇ ਤਾਂ ਇਹਨੂੰ ਕੋਈ ਰਿਪੇਅਰ ਵੀ ਨਹੀਂ ਕਰਾਉਂਦਾ, ਕੋਈ ਪੁੱਛਦਾ ਨਹੀਂ। ਜਦੋਂ ਫਲੱਡ ਅੰਦਰਲੇ ਪਾਸੇ ਆਉਂਦਾ ਉਸ ਵੇਲੇ ਸਾਰੀਆਂ ਟੀਮਾਂ ਇਕੱਠੀਆਂ ਹੋ ਕੇ। ਜੇਕਰ ਗੱਲ ਸੁੱਤੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਨਾਰਿਆਂ ਦੀ ਕਰੀਏ ਤਾਂ ਪਹਿਲਾਂ ਖਰਾਬ ਹੋਈਆਂ ਫਸਲਾਂ ਦਾ ਅਜੇ ਤੱਕ ਮੁਆਵਜ਼ਾ ਨਹੀਂ, ਇਹਨਾਂ ਫਸਲਾਂ ਦਾ ਮੁਆਵਜ਼ਾ ਤਾਂ ਸ਼ਾਇਦ ਕਈ ਸਾਲਾਂ ਤੱਕ ਹੀ ਮਿਲਣਾ। ਇਹ ਨੁਕਸਾਨ ਕਦੋਂ ਪੂਰਾ ਹੋਏਗਾ ਇਹ ਤਾਂ ਜਾਂ ਰੱਬ ਜਾਣਦਾ, ਜਾਂ ਰੱਬ ਬਣ ਕੇ ਲਾਰੇ ਲਾਉਂਦਾ ਪ੍ਰਸ਼ਾਸਨ। ਸਤਲੁਜ ਦੇ ਬਾੜ ਦੇ ਕਹਿਰ ਦੇ ਨਾਲ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਦੇ ਜਿਹੜੇ ਲੱਗਦੇ ਪਿੰਡ ਸੀਗੇ, ਨਾਲ ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹ ਬਰਬਾਦ ਹੋ ਗਈ ਹੈ। ਅਤੇ ਤੁਸੀਂ ਦੇਖ ਸਕਦੇ ਹੋ ਇਹ ਫਸਲ ਜਿਹੜੀ ਹੈਗੀ ਹੈ ਹੁਣ ਪੂਰੀ ਤਰ੍ਹਾਂ ਜਿਹੜੀ ਇਹ ਤਹਿਸ ਨਹਿਸ ਹੋ ਚੁੱਕੀ ਹੈ। ਅਤੇ ਸਰਕਾਰ ਵੱਲੋਂ ਤਾਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ, ਲੇਕਿਨ ਅਗਰ ਗੱਲ ਕਰੀਏ ਇਹ ਜਿਸ ਤਰ੍ਹਾਂ ਕਿ ਇਹ ਫਸਲ ਬਰਬਾਦ ਹੋਈ ਹੈ, ਲੋਕ ਘਰ ਤੋਂ ਬੇਘਰ ਹੋਏ ਨੇ, ਅਤੇ ਇੱਥੇ ਹੁਣ ਜਿਹੜੇ ਪਿੰਡ ਵਾਸੀ ਹੈ ਉਹ ਆਪਣੀ ਜਿਹੜੀ ਜਿਹੜਾ ਕਿ ਲੁਧਿਆਣਾ ਦੇ ਸ਼ਹਿਰ ਦੇ ਨਾਲ ਲੱਗਦੇ ਇੱਕ ਪਿੰਡ ਦੇ ਵਿੱਚ ਬੰਦ ਵੀ ਟੁੱਟ ਗਿਆ, ਜਿਹਦੇ ਕਾਰਨ ਜਿਹੜਾ ਪਾਣੀ ਦਾ ਕਹਿਰ ਹੈ ਉਹ ਲੋਕਾਂ ਦੇ ਪਿੰਡਾਂ ਤੱਕ ਪਹੁੰਚਿਆ, ਅਤੇ ਜਿਹਦੇ ਕਾਰਨ ਇਹ ਹਜ਼ਾਰੋਂ ਏਕੜ ਜਿਹੜੀ ਫਸਲ ਹੈ ਉਹ ਬਰਬਾਦ ਹੋ ਗਈ। ਅਤੇ ਸਰਕਾਰ ਵੱਲੋਂ ਇੱਕ ਮੁਆਵਜ਼ੇ ਦਾ ਐਲਾਨ ਤਾਂ ਕੀਤਾ ਗਿਆ, ਲੇਕਿਨ ਅਗਰ ਇੱਥੇ ਗੱਲ ਕਰੀਏ ਤਾਂ ਜੇ ਸਰਕਾਰ ਦੇ ਵੱਲੋਂ ਇਸ ਬਾੜ ਨੂੰ ਰੋਕਣ ਦੇ ਜਿਹੜੇ ਹੈਗੇ ਆ ਪੁਖਤਾ ਇੰਤਜ਼ਾਮ ਪਹਿਲਾਂ ਕੀਤੇ ਜਾਂਦੇ ਤਾਂ ਸ਼ਾਇਦ ਇੱਦਾਂ ਦਾ ਜਿਹੜਾ ਮੰਜ਼ਰ ਹੈ ਉਹ ਨਾ ਹੁੰਦਾ। ਲੁਧਿਆਣਾ ਤੋਂ ਅਭਿਸ਼ੇਕ ਬਹਿਲ ਦੇ ਨਾਲ ਅਮਨਦੀਪ ਖਹਿਰਾ, ਲਿਵਿੰਗ ਇੰਡੀਆ ਨਿਊਜ਼।